ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਆਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਬਾਦਿਆਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਪਵੇਗਾ ਮੀਂਹ ਚੰਡੀਗੜ੍ਹ ਦੇ ਵਿੱਚ ਇਦਾਂ ਦਾ ਰਹੇਗਾ ਮੌਸਮਾ ਜਾਣੋ ਆਪਣੇ ਸ਼ਹਿਰ ਦੇ ਵਿੱਚ ਮੌਸਮ ਦਾ ਤਾਜ਼ਾ ਹਾਲ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਅੱਜ ਸ਼ੁੱਕਰਵਾਰ ਤੋਂ ਮੌਸਮ ਦੇ ਵਿੱਚ ਬਦਲਾਅ ਹੋਵੇਗਾ ਐਸ ਦਰਾਂ ਸਵੇਰੇ ਦੇ ਕਰੀਬਾ 8 ਜਿਲ੍ਹਿਆਂ ਵਿੱਚ ਕਾਜਾ ਥਮਾਂ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਇਹਨਾਂ ਜਿਲ੍ਹਿਆਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਪੁਰੀਪੁਰ, ਫਰੀਦਕੋਟ, ਫਾਜ਼ਿਲਕਾ ਤੇ ਮਕਸਰ ਸ਼ਾਮਲ ਹਨ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼ਨੀਵਾਰ ਤੋਂ ਵੈਸਟਰਨ ਡਿਸਟਰਬੈਂਸ ਦੀ ਵੀ ਐਕਟਾ ਹੋ ਜਾਂਦੀ ਸੰਭਾਵਨਾ ਤੇ ਸਵੇਰੇ ਦੇ ਅਸਤ ਬਾਦਤੋ ਬਾਦ ਦਾ ਤਾਪਮਨ ਵਿੱਚ ਅ ਕੱਲ ਦੇ ਮੁਕਾਬਲੇ 0.3 ਡਿਗਰੀ ਦੀ ਗਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਸਵੇਰ ਵਿੱਚ ਤਾਪਮਨ ਆਮ ਦੇ ਨਾਲੋਂ ਲਗਭਗ 2.5 ਡਿਗਰੀ ਵਧਾ ਰਿਹਾ ਹੈ ਪਠਾਨਕੋਟ ਸੌਰੀ ਬਠਿੰਡਾ ਤੇ ਫਰੀਦਕੋਟ ਦੇ ਵਿੱਚ ਸਭ ਤੋਂ ਵੱਧ ਦਾ ਤਾਪਮਨ 38.1 ਡਿਗਰੀ ਦਰਜ ਕੀਤਾ ਗਿਆ ਮੌਸਮਾ ਵਿਭਾਗ ਦੇ ਅਨੁਸਾਰ ਇਸ ਮਹੀਨੇ ਦੇ 10 ਤਾਰੀਖ ਤੱਕ ਸਵੇਰੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਤੇ ਇਸ ਦਰਾਂ ਦੱਖਣਾ ਪੰਜਵੇਂ ਖੇਤਰ ਦੇ ਵਿੱਚ ਆਮ ਦੇ ਨਾਲ ਵੱਧਮੀ ਪੈ ਸਕਦਾ ਹੈ। ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਤਬੀਅਤ ਵਿਗੜੀ ਕਰਵਾਇਆ ਗਿਆ ਹਸਪਤਾਲ ਦੇ ਵਿੱਚ ਭਰਤੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਤਬੀਅਤ ਵਿਗੜਨ ਦੇ ਕਾਰਨ ਉਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਉਨ੍ਹਾਂ ਨੂੰ ਇਲਾਜ ਦੇ ਲਈ ਅਮਰitsar ਦੇ ਗੁਰੂ ਰਾਮਦਾਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਬੁਖਾਰ ਆਇਆ ਜਿਸ ਦੇ ਕਾਰਨ ਉਹਨਾਂ ਦੀ ਸਿਹਤ ਵਿਗੜ ਗਈ ਅਤੇ ਹਸਪਤਾਲ ਦੇ ਵਿੱਚ ਦਾਖਲ ਹਨ। ਸਰੀਰ ਦੇ ਵਿੱਚ ਤੇਜ਼ ਦਰਦ ਦੀ ਸੀ ਸ਼ਿਕਾਇਤ ਗਿਆਨੀ ਰਗਵੀਰ ਸਿੰਘ ਨੂੰ ਸਰੀਰ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੇ ਨਿੱਜੀ ਸਹਾਇਕ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਵਾਇਰਲ ਇਨਫੈਕਸ਼ਨ ਤੋਂ ਪੀੜਤ ਨੇ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੋ ਘੰਟਾ ਵਾਲ ਬਟਨ ਨੂੰ ਦਬਕ ਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸ਼ਰਾਬਾਂਾਂ ਦੇ ਲਈ ਜ਼ਰੂਰੀ ਖਬਰ ਤਿੰਨ ਦਿਨਾਂ ਰਹੇਗਾ ਡਰਾਈ ਡੇ ਸ਼ਰਾਬਦਾਨਾਂ ਦੁਕਾਨਾਂ ਰਹਿਣਗੀਆਂ ਬੰਦ ਵਧੀਕਾ ਜ਼ਿਲ੍ਹਾ ਮੈਜਿਸਟ੍ਰੇਟ ਈਸ਼ਾ ਸਿੰਘਲ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਨਾਲ ਲੱਗਦੇ ਪਟਿਆਲਾ ਜ਼ਿਲ੍ਹੇ ਦੇ ਸ਼ਰਾਬਦ ਦੇ 8 ਕਿਲੋਮੀਟਰ ਦੇ ਖੇਤਰ ਦੇ ਵਿੱਚ 3 ਅਕਤੂਬਰ ਨੂੰ ਸ਼ਾਮ 6 ਵਜੇ ਤੋਂ 5 ਅਕਤੂਬਰ ਨੂੰ ਸ਼ਾਮ 5 ਵਜੇ ਤੱਕ ਡਰਾਈਡੇ ਦਾ ਐਲਾਨ ਕਰ ਦਿੱਤਾ ਹੈ ਇਸ ਦੇ ਨਾਲ ਹੀ 8 ਅਕਤੂਬਰ 2024 ਨੂੰ ਨਤੀਜਿਆਂ ਦੇ ਐਲਾਨ ਤੱਕ ਵੋਟਾਂ ਦੀ ਗਿਣਤੀ ਤੱਕ ਡਰਾਈਡੇ ਰਹੇਗਾ ਇਹ ਸਧਾਰਨ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਅਤੇ ਵਿਅਕਤੀਆਂ ਦੇ ਵੱਲੋਂ ਸ਼ਰਾਬ ਸਟੋਰ ਕਰਨ ਤੇ ਮੁਕੰਮਲ ਆ ਪਾਬੰਦੀ ਰਹੇਗੀ ਕਿਸੇ ਵੀ ਸ਼ਰਾਬ ਦੇ ਠੇਕੇ ਭਾਰਤੀ ਜਾਂ ਅੰਗਰੇਜ਼ੀ ਹੋਟਲ ਦੁਕਾਨ ਰੈਸਟੋਰੈਂਟ ਕਲੱਬ ਬੀਅਰ ਬਾਰ ਅਹਾਤੇ ਜਥੇ ਸ਼ਰਾਬ ਵੇਚਣਾ ਤੇ ਪੀਣ ਦੀ ਕਾਨੂੰਨੀ ਤੌਰ ਤੇ ਇਜਾਜ਼ਤ ਹੈ ਜਾਂ ਕਿਸੇ ਹੋਰ ਜਨਤਕ ਸਥਾਨ ਆਦ ਵਿੱਚ ਸ਼ਰਾਬ ਵੇਚਣਾ ਵਰਤਣਾ ਪੀਣਾ ਹੋਰ ਵੀ ਤਰ੍ਹਾਂ ਦਾ ਜੋ ਕੁਝ ਵੀ ਨਸ਼ੀਲੇ ਪਦਾਰਥਾਂ ਨੂੰ ਸਟੋਰ ਕਰਨਾ ਤੇ ਵਰਤਣ ਤੇ ਪੂਰਨ ਤੌਰ ਤੇ ਪਾਬੰਦੀ ਹੋਵੇਗੀ ਕਿਸਾਨਾਂ ਨੇ ਰੇਲਾਂ ਰੋਕੇ ਸਰਕਾਰ ਦੇ ਖਿਲਾਫ ਕੀਤਾ ਪ੍ਰਦਰਸ਼ਨਾਂ ਕੰਗਣਾ ਤੇ ਬਿੱਟੂ ਤੇ ਨਕੇਲ ਕਸਨ ਦੀ ਕੀਤੀ ਮੰਗ ਕਿ ਹਰ ਨੌਦ ਦਾ ਹੋਵੇ ਡੋਪ ਟੈਸਟ ਦੇਸਬਾਚਾ ਕਈ ਥਾਵਾਂ ਦੇ ਉੱਤੇ ਕੱਲ ਕਿਸਾਨਾਂ ਦੇ ਵੱਲੋਂ ਰੇਲਾਂ ਰੋਕੇ ਸਰਕਾਰ ਦੇ ਖਿਲਾਫ ਰੋਸ ਪਰਦਰਸ਼ਨ ਕੀਤਾ ਗਿਆ ਇਸ ਮੌਕੇ ਕਿਸਾਨ ਮਜ਼ਦੂਰਾਂ ਸੰਘਰਸ਼ ਕਮੇਟੀ ਨੇ ਜੰਡੇਲਾ ਦੇ ਦੇਵੀदासਪੁਰਾ ਡਰ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਵੱਲ ਅਮਰਸਰ ਦੇ ਮਾਨਾਵਾਲਾ ਰੇਲਵੇ ਸਟੇਸ਼ਨ ਤੇ ਚੱਕਾ ਜਾਮ ਕੀਤਾ ਗਿਆ ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਲੁਕੀਮਪੁਰਾ ਖੇਰੇ ਵਿੱਚ ਹੋਈ ਕਿਸਾਨਾਂ ਦੇ ਮੌਤ ਦੇ ਬਰੇ ਗੰਢ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਕਿਸਾਨ ਆਗੂ ਦਾ ਕਹਿਣਾ ਹੈ ਕਿ ਅਜੇ ਮੇਸ਼ਰਾ ਟੈਣੀ ਨੂੰ ਜ਼ਮਾਨਤ ਤੇ ਬਾਹਰ ਲਿਆਂਦਾ ਗਿਆ ਤੇ ਉਹਦੇ ਬਾਕੀ 7 ਨੂੰ ਵੀ ਜ਼ਮਾਨਤ ਮਿਲ ਗਿਆ ਤੇ ਜਿਹੜੇ ਚੱਲਦੇ ਆਸੀਂ ਇਨਸਾਫ ਲੈਣ ਦੇ ਲਈ ਕੇਂਦਰ ਦੇ ਸੁੱਤੀ ਸਰਕਾਰ ਨੂੰ ਜਗਾਉਣ ਦੇ ਲਈ ਇਹ ਧਰਨੇ ਪ੍ਰਦਰਸ਼ਨ ਕਰਦੇ ਆ ਰਹੇ ਹਾਂ ਕਿ ਇਨਸਾਨ ਲੀਡਰਾਂ ਨੇ ਕਹਿ ਕੇ ਕੰਗਨਾਰ ਨੌਤ ਤੇ ਰਵਨੀਤ ਸਿੰਘ ਬਿੱਟੂ ਦੋਵੇਂ ਪਾਈ ਪਾਦੇ ਚਹੇਤੇ ਬਣੇ ਹੋਏ ਹਨ ਤੇ ਕਿਸਾਨਾਂ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ ਤੇ ਉਹਨਾਂ ਨੇ ਕਹਿ ਕੇ ਪੰਜਾਬ ਦੇ ਵਿੱਚ ਅੱਗੇ ਨਾਲੋਂ ਨਸ਼ਾ ਜਿਆਦਾ ਵੱਧ ਤੱਕ ਹੈ ਅਤੇ ਨੋਇਬਾਣ ਨਸ਼ਿਆਂ ਦਾ ਸੇਵਨ ਕਰਕੇ ਮਰ ਰਹੇ ਹਣ ਤੇ ਕਈ ਨੋਇਬਾਣ ਵਿਦੇਸ਼ਾਂ ਦੇ ਵੱਲ ਨੂੰ ਭੱਜ ਰਹੇ ਹਨ ਤੇ ਪੰਜਾਬ ਸਰਕਾਰ ਇਸ ਤੇ ਕਾਬੂ ਨਹੀਂ ਪਾ ਸਕੇ ਇਸ ਮੌਕੇ ਲੀਡਰਾਂ ਨੇ ਕੰਗਨਾਰ ਨੌਤਾ ਤੇ ਰਵਨੀਤ ਸੰਗਾ ਬਿੱਟੂ ਤੇ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਇਹ ਦੋਵੇਂ ਭਾਈਪਾ ਦੇ ਇਸ ਬਲੇ ਚਿਹਤੇ ਬਣ ਚੁੱਕੇ ਹਨ ਤੇ ਉਹਨਾਂ ਨੇ ਕਹਿ ਕੇ ਪਹਿਲਾ ਰਵਨੀਤ ਸੰਗਾ ਬਿੱਟੂ ਨਰੇਂਦਰ ਮੁੱਦੀ ਨੂੰ ਗਾਲਾਂ ਕੱਢਦਾ ਸੀ ਤੇ ਅੱਜ ਉਹਦੇ ਕਹੇ ਤੇ ਕਿਸਾਨ ਦੇ ਖਿਲਾਫ ਤੇ ਸਿਕਾਂ ਦੇ ਖਿਲਾਫ ਬਿਆਨਬਾਜ਼ੀ ਕਾਰਜ ਤੇ ਹੱਦੇ ਨਾਲ ਹੀ ਉਹਨਾਂ ਨੇ ਕਹਿ ਕੇ ਭਾਈਪਾ ਦੇ ਨੇਤਾ ਰਵਨੀਤਾ ਸੰਗ ਬੈਠੂ ਅਤੇ ਹੋਣਾ ਕੰਗਨਰ ਨੌਤ ਵੱਲੋਂ ਜਾਣਬੁੱਝ ਕੇ ਕਿਸਾਨਾਂ ਦੇ ਪ੍ਰਤੀ ਗਲਤ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪਾਈਪਾ ਦੇ ਵੱਡੇ ਲੀਡਰਾਂ ਨੂੰ ਚਾਹੀਦਾ ਹੈ ਕਿ ਆਪਣੇ ਅجاهੇ ਨੇਤਾਵਾਂ ਦੇ ਬਿਆਨਬਾਜ਼ੀਆਂ ਤੋਂ ਇਨਕੀਲ ਕਰਨ ਉਹਨਾਂ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਕੰਗਨਰ ਨੌਤ ਦਾ ਜੋ ਕਹਿ ਆਇਦੈ ਨਹੀਂ ਗਲਤ ਬਿਆਨਬਾਜ਼ੀਆਂ ਕਰਦਿਆ ਤਿਸ ਦੇ ਲਈ ਕੰਗਨਰ ਨੌਤ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਪਰਾਲੀ ਫੂਕੇ ਜਾਣ ਨੂੰ ਲੈ ਕੇ ਸੁਪਰੀਮ ਕੋਰਟ ਸਾਖਤ ਪੰਜਾਬ ਦੇ 16 ਜਿਲ੍ਹਿਆਂ ਵਿੱਚ ਤਨਾਤਕ ਕੀਤੀ ਫਲਾਈਂਗ ਸਕੁਆਇਰਡ ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਹੋਵੇਗਾ ਟਕਰਾਅ ਸੁਪਰੀਮ ਕੋਰਟ ਨੇ ਪ੍ਰਾਲੀਨ ਸਾੜਨ ਦੀਆਂ ਘਟਨਾਵਾਂ ਨੂੰ ਕਾਬੂ ਕਰਨ ਦੇ ਵਿੱਚ ਅਸਫਲ ਰਹਿਣ ਤੇ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਦੀ ਝਾੜ-ਚੰਬ ਕੀਤੀ ਸਰਵੋਚਾ ਅਦਾਲਤ ਨੇ ਕਿਹਾ ਕਿ ਕਿਸ ਨੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਆਪਣੇ ਨਿਰਦੇਸ਼ਾਂ ਨੂੰ ਲਾਗੂ ਕਰਨ ਦੇ ਲਈ ਕੋਈ ਅਪਰਾਲਾ ਨਹੀਂ ਕੀਤਾ ਜਹਟ ਅਬਿਆਸ ਓਕਾਰ ਤੇ ਜਹਟ ਆਗਸਟਿਨਾ ਜੋਰਜ ਮਸ਼ੀਦ ਦੇ ਬੈਚ ਨੇ ਕਹਿ ਕੇ ਸੀਕਯੂਐਮਏ ਨੇ ਰਾਇਤਾਨੀਅਰ ਤੇ ਆਸ-ਪਾਸ ਦੇ ਖੇਤਰਾਂ ਵਿੱਚ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਦੇ ਖਿਲਾਫ ਇੱਕ ਵੀ ਕੇਸ ਦਰਜ ਨਹੀਂ ਕੀਤਾ। ਜਦਕਿ ਵਿਭਾਗ ਨੇ ਕਹਿ ਕੇ ਇਸ ਮਾਮਲੇ ਤੇ 29 ਅਗਸਤ ਨੂੰ ਮੀਟਿੰਗਾਂ ਕੀਤੀ ਗਈ ਸੀ। ਸਿਖਰਲੀ ਅਦਾਲਤ ਨੇ ਨੋਟ ਕੀਤਾ ਕਿ ਮੀਟਿੰਗ ਦੇ ਵਿੱਚ 11 ਵਿੱਚ ਸਿਰਫ 5 ਮੈਂਬਰ ਹਾਜ਼ਰ ਸਨ। ਜਿੱਥੇ ਇਸ ਦੇ ਨਿਰਦੇਸ਼ਾਂ ਨੂੰ ਲਾਗੂ ਕਰਨ ਬਾਰੇ ਵੀ ਚਰਚਾ ਨਹੀਂ ਕੀਤੀ ਗਈ। ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਵੀ ਆੜੇ ਹੱਥ ਲੈਂਦਾ ਕਹਿ ਕੇ ਦੋਵਾਂ ਰਾਜਾਂ ਨੇ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਤੋਂ ਮਾਮੂਲੀ ਮੁਆਵਜ਼ਾ ਹੀ ਵਸੂਲਿਆ ਹੈ ਸੁਪਰੀਮ ਕੋਰਟ ਨੇ ਕੇਂਦਰ ਅਤੇ CAQM ਨੂੰ ES ਮਾਮਲੇ ਤੇ ਇੱਕ ਹਫ਼ਤੇ ਦੇ ਅੰਦਰ ਹਲਫਨਾਮਾ ਧਾਰਕ ਕਰਨ ਦੇ ਨਿਰਦੇਸ਼ ਦਿੱਤੇ ਹੰਤੇ ਮਾਮਲੇ ਦੀ ਸੁਣਵਾਈ 16 ਅਕਤੂਬਰ ਤੇ ਪਾ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਕੇਂਦਰ ਦੇ ਕਮਿਸ਼ਨ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਤੇ ਉਨ੍ਹਾਂ ਦੇ ਸੀਜ਼ਨ ਦੇ ਦੌਰਾਨ ਪ੍ਰਾਲੀ ਸਾੜਨ ਤੋਂ ਰੋਕਣ ਦੇ ਲਈ ਪੰਜਾਬ ਦੇ 16 ਜ਼ਿਲ੍ਹਿਆਂ ਅਤੇ ਹਰਿਆਣਾ ਦੇ 10 ਜ਼ਿਲ੍ਹਿਆਂ ਦੇ ਵਿੱਚ ਫਲਾਈਂਗ ਸਕੁਐਡ ਤਾਇਨਾਤ ਕੀਤੇ ਗਏ ਹਨ ਇਸ ਤੋਂ ਇਲਾਵਾ ਸੂਬਿਆਂ ਤੇ ਕੇਂਦਰ ਦੇ ਦਰਮਿਆਨ ਤਾਲਮੇਲ ਵਧਾਉਣ ਦੇ ਲਈ ਮਹਾਲਿਆ ਤੇ ਚੰਡੀਗੜ੍ਹ ਦੇ ਵਿਚ ਪਰਾਲੀ ਦਾ ਪ੍ਰਬੰਧਨ ਸਹਿਲਾ ਜਲਦੀ ਸਥਾਪਿਤ ਕੀਤਾ ਜਾਵੇਗਾ। ਪੰਚਾਇਤੀ ਚੋਣਾਂ ਨੂੰ ਲੈ ਕੇ ਹਾਈ ਕੋਰਟ ਦਾ ਵੱਡਾ ਫੈਸਲਾ 170 ਤੋਂ ਬਾਅਦ ਪਾਈਆਂ ਗਈਆਂ ਸੀ ਪਟੇਸ਼ਨਾਂ ਜਾਣੋ ਕਦੋਂ ਪੈਣ ਗਈਆਂ ਵੋਟਾਂ ਜਾਂ ਨਹੀਂ। ਪੰਜਾਬ ਦੇ ਵਿੱਚ ਆ ਪੰਚਾਇਤੀ ਚੋਣਾਂ ਦਾ ਰਾਹ ਪੱਧਰਾ ਹੋ ਗਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੋਣਾਂ ਨੂੰ ਲੈ ਕੇ ਦਾਇਰ ਸਾਰੀਆਂ ਪਟੇਸ਼ਨਾਂ ਨੂੰ ਰੱਦ ਕਰ ਦਿੱਤਾ ਤੇ ਹਦਰਾਨ ਹਾਈ ਕੋਰਟ ਦੇ ਵਿੱਚ ਕਰੀਬ 17 ਪਾਰਟੀਸ਼ਨਾਂ ਦਾਇਰ ਕੀਤੀਆਂ ਗਈਆਂ ਜਿਸ ਵਿੱਚ ਜ਼ਿਆਦਾਤਰ ਪਾਰਟੀਸ਼ਨਾਂ ਰਾਖਵੇਂ ਕਰਨ ਦੇ ਨਾਲ ਸੰਬੰਧਤ ਸਨ ਅਤੇ ਇਸ ਤੋਂ ਇਲਾਵਾ ਵਕਵਾਕ ਬਾੜਨ ਵਿੱਚ ਇੱਕੋ ਪਰਿਵਾਰ ਦੀਆਂ ਵੋਟਾਂ ਬਣਾਉਣ ਤੇ ਚੁੱਲਾ ਟੈਕਸ ਸਬੰਧੀ ਮੁੱਦੇ ਵੀ ਸਾਹਮਣੇ ਆਏ। ਅਦਾਲਤ ਨੇ ਪੰਜਾਬ ਸਰਕਾਰ ਨੂੰ ਸਭ ਕੌਜਾ ਠੀਕ ਕਰਨ ਦੇ ਹੁਕਮ ਦਿੱਤੇ ਹਨ 1.33 ਕਰੋੜਾ ਵੋਟਰ ਆਪਣੀ ਵੋਟ ਅਦਾ ਕਰਨਗੇ ਇਸਤਮਾਲ ਪੰਜਾਬ ਦੇ ਵਿੱਚ ਸਮੇਂ 13937 ਪਿੰਡਾਂ ਦੀਆਂ ਪੰਚਾਇਤਾਂ ਤੇ ਜਿਸ ਵਿੱਚ ਚੂਨਾ ਕਰਵਾਈਆਂ ਜਾਣਾਂ ਤਹ ਦੇ ਨਾਲ ਹੀ ਇਸ ਵਾਰ ਚੋਣਾਂ ਦੇ ਵਿੱਚ ਕੁੱਲ 1 ਕਰੋੜ 33 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਚੋਣਾਂ ਦੇ ਵਿੱਚ 96 ਹਜ਼ਾਰ ਮੁਲਾਜ਼ਮਾਂ ਤਾਇਨਾਤ ਕੀਤੇ ਜਾਣਾਂ ਚੂਨਾ ਸ਼ਾਂਤੀਪੂਰਵਕ ਕਰਵਾਉਣਾ ਵੀ ਸਰਕਾਰ ਦੇ ਲਈ ਚੁਣੌਤੀ ਹੈ। ਪਿੰਡਾਂ ਦਾ ਮਾਹੌਲ ਖਰਾਬ ਨਾ ਹੋਵੇ ਇਸ ਦੇ ਲਈ ਸਰਕਾਰ ਨੇ ਆਪਣੇ ਪੱਧਰ ਤੇ ਅਪਰਾਲੇ ਕੀਤੇ ਹਨ ਪਾਰਟੀ ਦੇ ਚੋਣਾਂ ਨੂੰ ਸ਼ਾਂਤੀਪੂਰਵਕ ਚੂਨਾ ਨਾ ਕਰਵਾਉਣ ਦਾ ਪ੍ਰਸਤਾਵ ਵਿਧਾਨ ਸਭਾ ਦੇ ਵਿੱਚ ਪਾਸ ਕਰਕੇ ਲਾਗੂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੋਸ਼ਿਸ਼ ਹੈ ਕਿ ਚੋਣਾ ਸਰਬਸੰਮਤੀ ਦੇ ਨਾਲ ਕਰਵਾਈਆਂ ਜਾਣ ਪਰ ਇਸ ਤੋਂ ਬਾਅਦ ਵੀ ਕਈ ਥਾਵਾਂ ਤੇ ਮਾਹੌਲ ਤਣਾਅਪੂਰਨ ਹੁੰਦਾ ਜਾ ਰਿਹਾ ਹੈ। ਪੇਸ਼ਾਵਾਂ ਨੂੰ ਲੈ ਕੇ ਕੇਂਦਰ ਸਰਕਾਰ ਨੇ ਲਿਆ ਵੱਡਾ ਫੈਸਲਾ। ਇਹਨਾਂ ਪੰਜ ਪੇਸ਼ਾਵਾਂ ਨੂੰ ਦਿੱਤਾ ਕਲਾਸੀਕਲ ਦਾ ਦਰਜਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਚਾਰ ਬਾਰਨ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿੱਚ ਭਾਰਤੀ ਪੇਸ਼ਾਵਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਲਿਆ ਗਿਆ। ਮੰਤਰੀ ਮੰਡਲ ਨੇ ਪੰਜ ਪੇਸ਼ਾਵਾਂ ਨੂੰ ਕਲਾਸੀਕਲ ਪੇਸ਼ਾਵਾਂ ਦਾ ਦਰਜਾ ਦਿੱਤਾ ਹੈ। ਕੇਂਦਰੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਅਤੇ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ ਸਬੰਧਤ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਤੋਂ ਇਲਾਵਾ ਬੀਰਬਾਰ ਨੂੰ ਮਰਾਠੀ ਪਾਲੀ ਪ੍ਰਾਕਿਰਤ ਅਸਾਮੀਆ ਤੇ ਬੰਗਾਲੀ ਪੇਸ਼ਾਮਾ ਨੂੰ ਕਲਾਸੀਕਲ ਪੇਸ਼ਾਮਾ ਦਾ ਦਰਜਾ ਦਿੱਤਾ ਹੈ ਦੁਸ਼ਹਿਰੇ ਤੇ 9 ਨਵੰਬਰ ਨੂੰ ਸਰਕਾਰ ਦਾ ਤੋਹਫਾ ਸਾਲ ਭਰ ਦੇ ਵਿੱਚ ਮਿਲਣਗੇ 6000 ਰੁਪਏ 12 ਅਕਤੂਬਰ ਤੋਂ ਇੰਜ ਕਰ ਸਕਦੇ ਹੋ ਅਪਲਾਈ ਪੜੇ ਲਿਖੇ ਤੇ ਆਰਥਿਕ ਤੌਰ ਤੇ ਕਮਜ਼ੋਰਾਂ ਨੌਜਵਾਨ ਲੜਕੇ ਤੇ ਲੜਕੀਆਂ ਦੇ ਲਈ ਸਰਕਾਰ ਦੁਸ਼ਹਿਰੇ ਤੇ ਇੱਕ ਤੂਫਨ ਲੈ ਕੇ ਆ ਪ੍ਰਧਾਨ ਮੰਤਰੀ ਇੰਟਰਨੈਸ਼ਨਲ ਸ਼ਿਪਾ ਜੋਇਨਾ ਬੀਰਬਾ ਨੂੰ ਸ਼ੁਰੂ ਕੀਤੀ ਗਈ ਹੈ ਸਰਪਾ ਉਹ ਨੌਂ ਨਵੰਬਰ ਪੁਰਸ਼ ਤੇ ਔਰਤਾਂ ਜਿਨ੍ਹਾਂ ਦੇ ਪਰਿਵਾਰਕ ਆਮਦਨ 8 ਲੱਖ ਰੁਪਏ ਸਾਲਾਨਾ ਤੋਂ ਘੱਟ ਹੈ ਐਸ ਲਈ ਅਪਲਾਈ ਕਰਨ ਦੇ ਹੱਕਦਾਰ ਹੋਣਗੇ ਇਸ ਸਕੀਮ ਦੇ ਵਿੱਚ ਕੇਂਦਰ ਸਰਕਾਰ ਦੇ ਰਾਕਮੇ ਕਰਨ ਦੇ ਨਿਯਮ ਵੀ ਲੱਗ ਹੋਣਗੇ ਜਾਤੀ ਅਨੁਸੂਚਿਤ ਜਾਤਾਂ ਕਬੀਲਿਆਂ ਤੇ ਉਹ ਵੀ ਇਸ ਨੂੰ ਰਾਕਮਾ ਕਰਨ ਮਿਲੇਗਾ ਪਰ ਆਰਥਿਕ ਤੌਰ ਤੇ ਕਮਜ਼ੋਰ ਲੋਕ ਇਹਦੇ ਯੋਗ ਹੋਣਗੇ। ਇਸ ਸਾਲ ਦੇ ਬਜਟ ਵਿੱਚ ਇੰਟਰਨਸ਼ਿਪ ਸਕੀਮ ਦਾ ਐਲਾਨ ਕੀਤਾ ਗਿਆ ਸੀ ਇਸ ਤਹਿਤ ਅਗਲੇ 5 ਸਾਲਾਂ ਵਿੱਚ ਛੋਟੇ ਦੀਆਂ 500 ਕੰਪਨੀਆਂ ਦੇ ਵਿੱਚ 1 ਕਰੋੜ 9 ਬਾਨਾ ਨੂੰ ਹੁਨਰਮੰਦ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਕਾਰਪੋਰੇਟਾ ਮਾਮਲਿਆਂ ਦੇ ਮੰਤਰਾਲੇ ਨੇ ਮੀਰਵਾਰ ਨੂੰ ਇਹ ਸਾਇ ਜੋਇਨਾ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਇਸ ਤਹਿਤ ਚਾਲੂ ਵਿੱਤੀ ਬਰੇ 2024-25 ਦੇ ਵਿੱਚ 125000 ਨੌਜਵਾਨਾਂ ਨੂੰ ਰੋਜ਼ਗਾਰ ਦੇ ਯੋਗ ਬਣਾਉਣ ਦੇ ਲਈ ਸਖਲਾਈ ਅਤੇ ਹੁਨਰਾ ਹਾਸਲ ਕਰਨ ਦਾ ਮੌਕਾ ਦਿੱਤਾ ਜਾਵੇਗਾ ਸਖਲਾਈਆ ਤੇ ਹੁਨਰਾ ਵਕਾਫਤ ਦੀ ਮਿਆਦ 12 ਮਹੀਨਿਆਂ ਦੇ ਲਈ ਹੋਵੇਗੀ ਤੇ ਇਸ ਦੌਰਾਨ ਉਹਨਾਂ ਨੂੰ 5000 ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ ਕੇਂਦਰ ਸਰਕਾਰ 4500 ਰੁਪਏ ਮਹੀਨਾ ਦੇਵੇਗੀ ਤੇ ਕੰਪਨੀ ਆਪਣੇ ਸਮਾਜਿਕ ਜ਼ਿੰਮੇਵਾਰੀ ਫੰਡ ਦੇ ਵਿੱਚੋਂ 500 ਰੁਪਏ ਦੇਵੇਗੀ ਇਸ ਤੋਂ ਇਲਾਵਾ ਕੰਪਨੀ ਮਾਮਲਿਆਂ ਦੇ ਮੰਤਰਾਲੇ ਦੇ ਵੱਲੋਂ ਸਾਰੇ ਚੁਣੇ ਗਏ ਉਮੀਦਵਾਰਾਂ ਨੂੰ 6000 ਰੁਪਏ ਦੇ ਇੱਕ ਮਾਸਤਾ ਰਾਸ਼ੀ ਵੀ ਦਿੱਤੀ ਜਾਵੇਗੀ ਜਾਨੀ ਕਿ 21 ਤੋਂ ਲੈ ਕੇ 24 ਸਾਲ ਦੀ ਉਮਰ ਆ ਵਰਗ ਦੇ ਉਮੀਦਵਾਰ ਜੋ ਕਿ ਸਖਲਾਈ ਲੈ ਰਹੇ ਹਨ ਨੂੰ ਇੱਕ ਸਾਲ ਦੇ ਵਿੱਚ 68000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ VOTING ਵਾਲੇ ਦਾਣਕ ਸਾਨਾਂ ਨੂੰ ਮਿਲੇਗੀ ਵੱਡੇ ਸਗਾਤ ਖਾਤੇ ਬਚਾਉਣਗੇ ਪੀਐਮ ਕਿਸਾਨ ਜੋ ਇਹਨਾਂ ਦੇ ਪੈਸੇ ਦੇਖਦੇ ਕਿ ਕਿਸਾਨਾਂ ਦੇ ਮਦਦ ਲਈ ਕੇਂਦਰ ਸਰਕਾਰ ਨੇ ਪੀਐਮ ਕਿਸਾਨ ਸਨਮਾਨਯ ਦੇ ਜੋ ਇਹਨਾਂ ਲਾਗੂ ਕੀਤੇ ਐਸਾ ਯੋਜਨਾ ਤਹਿਤ ਲਗਭਗ 9 ਕਰੋੜ ਦੇ ਸਨ ਨੂੰ ਸਾਲਾਨਾ 60000 ਰੁਪਏ ਦੇ ਵਿੱਤੀ ਸਹਾਇਤਾ ਮਿਲਦੀ ਹੈ ਇਸ ਵਾਰ ਸਕੀਮ ਦੀ 18ਵੀਂ ਕਿਸ਼ਤ 5 ਅਕਤੂਬਰ 2024 ਨੂੰ ਜਾਰੀ ਕੀਤੀ ਜਾਣੀ ਹੈ ਹਰਿਆਣਾ ਵਿੱਚ ਵੀ ਇਸ ਦਿਨ ਉਧਾਨ ਸਭਾ ਚੋਣਾਂ ਦੇ ਲਈ VOTING ਹੋਣੀ ਹੈ ਤਾਂ ਜਿੱਥੇ 15 ਲੱਖ ਤੋਂ ਬਾਅਦ ਹੈ ਕਿ ਕਿਸਾਨ ਐਸ ਜੋ ਇਹਨਾਂ ਦਾ ਲਾਭ ਲੈਣਗੇ 70 ਲੱਖ ਕਿਸਾਨ ਦਾ ਕਰਜ਼ਾ ਮਾਫ਼ ਸਰਕਾਰ ਨੇ ਪੂਰਾ ਕੀਤਾ ਵਾਦਾ ਸ਼ਾਮ ਤੱਕ ਕਿਸਾਨ ਹੋ ਜਾਣਗੇ ਕਰਜ਼ਾ ਮੁਕਤ ਇਸ ਨੂੰ ਕਹਿੰਦੇ ਹਨ ਬਾਦੇ ਨਿਭਾਉਣਾ ਤੇਲਗਾਨਾ ਸਰਕਾਰ ਦਾ ਕਿਸਾਨਾਂ ਦੇ ਨਾਲ ਖੇਤੀ ਕਰਜ਼ਾ ਮਾਫ ਕਰਨ ਦਾ ਵਾਅਦਾ ਪੂਰਾ ਹੋਣ ਜਾ ਰਿਹਾ ਹੈ ਪੀਟੀਐਸ ਦੇ ਇੱਕ ਖਬਰ ਦੇ ਮੁਤਾਬਕ ਹੈ ਤੇਲਗਾਨਾ ਸਰਕਾਰ 70 ਲੱਖ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਖੇਤੀ ਕਰਜ਼ਾ ਮਾਫ ਕਰੇਗੀ 1 ਲੱਖ ਰੁਪਏ ਤੱਕ ਦੇ ਕਰਜ਼ਿਆਂ ਦੇ ਲਈ 7000 ਕਰੋੜ ਰੁਪਏ ਬੀਰਵਾਰ ਨੂੰ ਖਾਤਿਆਂ ਦੇ ਵਿੱਚ ਜਮ੍ਹਾਂ ਹੋ ਜਾਣਗੇ